ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਵੱਲੋਂ ਲੋਕ ਸੰਘਰਸ਼ ਦੇ ਅਤੇ ਪੰਜਾਬੀਅਤ ਲਈ ਕੀਤੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। ਸਲਾਮ ਕਾਫਲਾ ਦੇ ਸੰਬੰਧ ਵਿੱਚ 9 ਜੂਨ 2024 ਨੂੰ ਬਰਨਾਲਾ ਵਿਖੇ ਇੱਕ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੇ ਵਿੱਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸਾਹਿਤਕਾਰ, ਲੇਖਕ ਅਤੇ ਕਲਾਕਾਰ ਇਸ ਵਿੱਚ ਸ਼ਿਰਕਤ ਕਰਨਗੇ। ਵੱਲੋਂ ਪ੍ਰੋਗਰਾਮ ਹੋ ਰਿਹਾ 9 ਜੂਨ ਨੂੰ ਸੁਰਜੀਤ ਪਾਤਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ। ਉਸ ਪ੍ਰੋਗਰਾਮ ਦੀ ਤਿਆਰੀ ਦੇ ਹਿੱਸੇ ਦੇ ਤੌਰ 'ਤੇ ਇਹ ਮੀਟਿੰਗ ਰੱਖੀ ਗਈ ਹੈ। ਅੱਜ ਚਰਚਾ ਹੋਈ ਹੈ ਉਹਨਾਂ ਦੀ ਕਵਿਤਾ ਬਾਰੇ, ਰਚਨਾ ਬਾਰੇ, ਉਸ ਪ੍ਰੋਗਰਾਮ ਦੇ ਮਹੱਤਵ ਬਾਰੇ, ਕਿਉਂਕਿ ਇਹ ਸਲਾਮ ਕਾਫਲਾ ਦਾ ਮਕਸਦ ਹੈ ਇਸ ਪਲੇਟਫਾਰਮ ਦਾ, ਜਿਹੜੇ ਸਾਹਿਤ ਦੇ ਖੇਤਰ ਦੇ ਲਿਟਰੇਚਰ ਦੇ ਰੰਗਕਰਮੀ ਨੇ ਜਾਂ ਸਾਹਿਤ ਦੇ ਅਦਬ ਦੇ ਖੇਤਰ ਦੇ ਲੋਕ ਨੇ, ਉਹਨਾਂ ਲੋਕਾਂ ਦਾ, ਜਿਹੜੇ ਲੋਕਾਂ ਦੀਆਂ ਮਸਲਿਆਂ ਵਾਸਤੇ ਸੰਘਰਸ਼ ਕਰ ਰਹੇ ਨੇ, ਇਹਨਾਂ ਦੀ ਆਪਸੀ ਸਾਂਝ ਜਿਹੜੀ ਡੂੰਘੀ ਹੋਵੇ। ਸੋ ਸਲਾਮ ਕਾਫਲਾ ਨੇ ਪਹਿਲਾਂ ਗੁਰਚਰਨ ਸਿੰਘ ਉਹਨਾਂ ਨੂੰ 2006 'ਚ ਸਨਮਾਨਿਤ ਕੀਤਾ, ਉਸ ਤੋਂ ਬਾਅਦ ਮੇਅਰ ਔਲਖ ਉਹਨਾਂ ਨੂੰ ਕੀਤਾ, ਸੰਤੋਖ ਸਿੰਘ ਧੀਰੋਂ ਨੇ, ਗੁਰਦਿਆਲ ਸਿੰਘ ਨੇ, ਕਿ ਹੋਰ ਸਾਰੇ ਸਾਹਿਤਕਾਰਾਂ ਨੂੰ ਅਸੀਂ ਸਨਮਾਨ ਦਿੱਤਾ। ਸਭ ਤੋਂ ਵੱਡਾ ਸਨਮਾਨ ਤਾਂ ਅਸੀਂ ਇਹ ਸੋਚਦੇ ਹਾਂ ਕਿ ਜਨਤਾ, ਬਹੁਤ ਵੱਡੀ ਜਨਤਾ ਜਦੋਂ ਇਕੱਠੀ ਹੋ ਕੇ ਸਨਮਾਨ ਦਿੰਦੀ ਹੈ ਕਿਸੇ ਰਾਸ਼ੀ ਨਾਲੋਂ ਜਾਂ ਹੋਰ ਚੀਜ਼ਾਂ ਨਾਲੋਂ, ਇਸ ਗੱਲ ਨੂੰ ਅਸੀਂ ਜ਼ਿਆਦਾ ਮਹੱਤਵਪੂਰਨ ਸਮਝਦੇ ਹਾਂ। ਸੋ ਉਸੇ ਰਵਾਇਤ ਮੁਤਾਬਕ ਅਸੀਂ ਸੁਰਜੀਤ ਪਾਤਰ ਉਹਨਾਂ ਨੂੰ ਸਨਮਾਨ ਦੇਣਾ ਚਾਹੁੰਦੇ ਸੀ ਉਹਨਾਂ ਦੇ ਜਿਉਂਦੇ ਜੀ, ਪਰ ਅਨਫਾਰਚੁਨੇਟਲੀ ਵਿਛੋੜਾ ਦੇ ਗਏ ਉਹ, ਇਸ ਕਰਕੇ ਉਹ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਵੀ ਹੈ, ਇੱਕ ਤਰ੍ਹਾਂ ਉਹਨਾਂ ਦਾ ਸਨਮਾਨ ਸਮਾਗਮ। ਅਸੀਂ ਸਾਰੇ ਤਬਕਿਆਂ ਵੱਲੋਂ, ਸਾਰੇ ਮਿਹਨਤੀ ਲੋਕਾਂ, ਕਿਰਤੀ ਲੋਕਾਂ ਦੇ ਧੜੇ ਵੱਲੋਂ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਵਾਂਗੇ। ਅਤੇ ਇਹਦੇ ਨਾਲ ਹੀ ਅਸੀਂ ਇੱਕ ਸਲਾਮ ਮੈਗਜ਼ੀਨ ਕੱਢਦੇ ਹਾਂ ਜਿਹੜਾ ਉਹਨਾਂ ਨੂੰ ਸਮਰਪਿਤ ਹੁੰਦਾ, ਉਹ ਅਸੀਂ ਜਾਰੀ ਕਰਾਂਗੇ। ਉਹਨਾਂ ਦੀ ਦੇਣ ਕੀ ਆ, ਉਹਨਾਂ ਦੀ ਕੁਰਬਾਨੀ ਕੀ ਆ,